ਪੰਜਾਬੀ ਇੰਡਸਟਰੀ ਦੀ ਉਹ ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਬਿਲਕੁਲ ਨਹੀਂ ਪਸੰਦ? ਥੋੜੇ ਜਿਹਾ ਓਵਰ ਕੌਨਫੀਡੈਂਟ ਹੈ, ਓਵਰ ਕੌਨਫੀਡੈਂਟ ਇਹ ਹੈਗੇ ਆ, ਮੈਂ ਵੇਖੇ ਵੀ ਹੈ, ਮਤਲਬ ਇੰਨੀ ਕੁ ਚੀਜ਼ ਨੂੰ ਇੱਦਾਂ ਵਧਾਉਣਾ ਇਹਨਾਂ ਨੇ, ਇੱਦਾਂ ਕਰਨਾ, ਆਪਾਂ ਇਹ ਕਰਤਾ, ਆਪਾਂ ਉਹ ਕਰਤਾ, ਹੈ ਨਾ। ਇੱਕ ਜਿੱਦਾਂ ਕ੍ਰਿਤੀ ਨੇ ਕਿਹਾ ਕਿ ਥੋੜ੍ਹੇ ਅਨਪ੍ਰੋਫੈਸ਼ਨਲ ਹੈਗੇ ਹੈ ਇੱਥੇ, ਉਹ ਵੀ ਸ਼ਾਇਦ ਇੱਕ ਕਮੀ ਹੈ ਅਗਰ ਥੋੜ੍ਹਾ। ਅਤੇ ਦੂਜਾ ਮੈਨੂੰ ਇੱਕ ਚੀਜ਼ ਹੋਰ ਥੋੜ੍ਹੀ ਜਿਹੀ ਖਟਕਦੀ ਹੈ, ਇਵਨ ਪਤਾ ਨਹੀਂ ਇਨਸਕਿਓਰ ਹੈ ਜਾਂ ਕੀ ਹੈ, ਕਿ ਸਪੋਰਟ ਬਹੁਤ ਘੱਟ ਕਰਦੇ ਆ ਆਰਟਿਸਟ ਨੂੰ, ਜਿੱਦਾਂ ਹੁੰਦਾ ਇਹ ਚੀਜ਼ ਅਸੀਂ ਦੇਖਿਆ। ਤੁਸੀਂ ਨਵੇਂ ਕਹਿ ਰਹੇ ਹੋ ਜਾਂ ਕੁਛ ਹੈ, ਅਗਰ ਏਕਾ ਬਣਾ ਕੇ ਰੱਖਣ ਨਾ, ਮੈਨੂੰ ਲੱਗਦਾ ਪੰਜਾਬੀ ਇੰਡਸਟਰੀ ਕਿਤੇ ਤੋਂ ਕਿਤੇ ਚਲੇ ਜਾਵੇ, ਹੈ ਨਾ। ਪਰ ਪਤਾ ਨਹੀਂ ਆਪਸ 'ਚ ਲੜੀ ਜਾਂਦੇ ਆ। ਆਫਟਰ ਵਨ ਪੁਆਇੰਟ ਅਸੀਂ ਸੋਚਿਆ ਸੀਗਾ ਕਿ ਹੁਣ ਸ਼ਾਇਦ ਪੰਜਾਬੀ ਆਰਟਿਸਟ ਇਕੱਠੇ ਹੋ ਗਏ ਨੇ, ਕਿਉਂਕਿ ਕਹਿ ਰਹੇ ਸੀਗੇ ਨਾ ਕਿ ਅਸੀਂ ਭਰਾ ਭਰਾ ਹੈਗੇ, ਹੁਣ ਅਸੀਂ ਨਹੀਂ ਲੜਾਂਗੇ, ਬਟ ਤੁਹਾਨੂੰ ਨਹੀਂ ਲੱਗਦਾ ਕਿ ਹਜੇ ਵੀ ਨਹੀਂ ਇਕੱਠੇ ਹੋਏ? ਨਹੀਂ ਹੋਏ, ਮੈਨੂੰ ਨਹੀਂ ਲੱਗਦਾ। ਮੈਂ ਉਹੀ ਗੱਲ ਕਰਦਾ ਕਿ ਹੁਣ ਕਹਿ ਦੇਣਗੇ ਅਸੀਂ ਇਕੱਠੇ ਹਾਂ, ਹੈ ਨਾ, ਅਸੀਂ ਭਰਾ ਭਰਾ ਹੈ, ਬਟ ਅਗਰ ਤੁਸੀਂ ਪਿੱਛੇ ਜਾਓਗੇ ਫਿਰ ਉਹੀ ਚੀਜ਼ਾਂ ਹੋ ਰਹੀਆਂ।